ਦੀ ਕਿੰਨੀ ਉਮਰ ਹੈ ਤੇਰੀ? ਮੇਰੀ ਜੀ 16 ਸਾਲ ਉਮਰ ਹੈ। 16 ਸਾਲ ਕਿਹੜੀ ਕਲਾਸ ਪੜ੍ਹਦਾ? ਮੈਂ ਜੀ 9th ਸੀ ਪੜ੍ਹਦਾ। 9th ਪੜ੍ਹਦਾ। ਕੀ ਪ੍ਰੋਬਲਮ ਆਈ ਪਰਸਨੀ ਜਦੋਂ ਤੂੰ ਅੱਜ ਹਸਪਤਾਲ ਦਾਖਲ ਹੋਇਆ? ਸਰ ਮੈਂ 1 ਸਾਲ ਤੋਂ ਚਿੱਟਾ ਲਾ ਰਿਹਾ ਸੀ ਤੇ ਨਾ ਲੈਣ ਕਰਕੇ ਮੈਨੂੰ ਦੌਰਾ ਪਿਆ ਤੇ ਤਾਂ ਕਰਕੇ ਮੈਂ ਹਸਪਤਾਲ ਆਇਆ ਜੀ। ਕਿਵੇਂ ਚਿੱਟਾ ਲਾਉਣਾ ਸ਼ੁਰੂ ਕੀਤਾ? ਸਰ ਮੈਂ ਟਿਊਸ਼ਨ 'ਤੇ ਪੜ੍ਹਦਾ ਸੀਗਾ ਅਤੇ ਨਾਲ ਦੇ ਘਰ 'ਤੇ ਬਹਿੰਦਾ ਉੱਠਦਾ ਸੀਗਾ, ਉਹ ਮੈਨੂੰ ਕਹਿੰਦੇ ਸੀਗੇ ਬਈ ਤੂੰ ਲਾ ਲਾ। ਮੈਂ 2-3 ਦਿਨ ਸਰ ਨਹੀਂ ਲਾਇਆ। ਇੱਕ ਦਿਨ ਮੈਂ ਲਾ ਲਿਆ ਅਤੇ ਉਹਨਾਂ ਨੇ ਮੇਰੀ ਫੋਟੋ ਖਿੱਚ ਲਈ। ਬਾਅਦ 'ਚੋਂ ਮੈਨੂੰ ਬਲੈਕਮੇਲ ਕਰਨ ਲੱਗ ਗਏ ਬਈ ਤੂੰ ਇੱਥੇ ਫੜਾਇਆ, ਤੈਨੂੰ ਅਸੀਂ ਲਵਾ ਦਿਆ ਕਰਾਂਗੇ। ਸਰ ਹੋਰ ਕੀ ਕਰਾਉਂਦੇ ਸੀ ਤੇਰੇ ਕੋਲ? ਹੋਰ ਸਰ ਉਹ ਜਿਵੇਂ ਉਹਨਾਂ ਦੇ ਬਾਹਰ ਚਲੇ ਜਾਂਦੇ ਸੀ ਸਰ, ਉਹਨਾਂ ਦੇ ਗੱਡੀਆਂ ਦਾ ਕੰਮ ਆ ਅਤੇ ਉਹਦੀ ਵੱਡੀ ਮਾਸੀ ਹੈ, ਇੱਕ ਉਹਨਾਂ ਦੀ ਮੰਮੀ ਆ, ਮੇਰੀਆਂ ਦੋਨੇ ਭਾਬੀ ਨਹੀਂ ਲੱਗਦੀਆਂ ਅਤੇ ਉਹਨਾਂ ਨੇ ਮੈਨੂੰ ਐਂ ਕਹਿ ਦੇਣਾ ਆਪਦੀ ਕਦੇ ਆਪਦੀ ਵੱਡੀ ਭਾਬੀ ਤੋਂ ਫੜ ਲਿਆ, ਕਦੇ ਆਪਦੀ ਛੋਟੀ ਭਾਬੀ ਤੋਂ ਫੜ ਲਿਆ, ਬਈ ਆਪਣੀ ਬਾਹਰਲੇ ਜਿੱਥੇ ਆਪਾਂ ਬਹਿੰਦੇ ਉੱਠਦੇ ਹਾਂ ਉੱਥੇ ਮੁੰਡੇ ਆ ਜਾਏ, ਉਹਨਾਂ ਤੋਂ ਪੈਸੇ ਫੜ ਲਾ ਅਤੇ ਉਹਨਾਂ ਨੂੰ ਫੜਾ ਦੇ ਅਤੇ ਉਹ ਤੈਨੂੰ ਸਮਾਨ ਦੇ ਦੇਣਗੇ। ਕੀ ਨਾਮ ਸੀ ਜਿਹੜੇ ਤੈਨੂੰ ਬੰਦੇ ਕਹਿੰਦੇ ਸੀ? ਸਰ ਉਹਨਾਂ ਦਾ ਨਾਮ ਸੀ ਕੁਲਦੀਪ ਸਿੰਘ ਕੀਪਾ ਅਤੇ ਗਲਪ੍ਰੀਤ ਸਿੰਘ ਕਾਲਾ ਜੀ। ਪੈਸੇ ਫਿਰ ਤੂੰ ਕਿਹਨਾਂ ਨੂੰ ਦਿੰਦਾ ਸੀ ਜਦੋਂ? ਸਰ ਉਹਨਾਂ ਨੂੰ, ਉਹਨਾਂ ਦੀ ਮਾਸੀ ਨੂੰ ਅਤੇ ਉਹਦੀ ਮੰਮੀ ਨੂੰ। ਉਹਦੇ ਵਿੱਚੋਂ ਤੈਨੂੰ ਵੀ ਕੁਛ ਮਿਲਦਾ ਸੀ ਹਿੱਸਾ? ਸਰ ਮੈਨੂੰ ਵਿੱਚੋਂ ਹਿੱਸਾ ਨਹੀਂ ਦਿੰਦੇ ਸੀ, ਮੈਨੂੰ ਲਵਾ ਦਿੰਦੇ ਸੀਗੇ ਜੀ। ਹਿੱਸਾ ਨਹੀਂ ਦਿੰਦੇ ਸੀ, ਲਵਾ ਦਿੰਦੇ? ਹਾਂਜੀ, ਲਵਾ ਦਿੰਦੇ ਸੀ। ਉਸ ਤੋਂ ਬਾਅਦ ਫਿਰ ਕੀ ਹੋਇਆ? ਸਰ ਮੈਂ ਸਾਲ ਆਏ ਉਹਨਾਂ ਨਾਲ ਕਰਦਾ ਰਿਹਾ ਅਤੇ ਇੱਕ ਦਿਨ ਮੇਰੇ ਮਾਤਾ ਜੀ ਮੈਨੂੰ ਨਵਾਉਂਦੇ ਸੀਗੇ ਅਤੇ ਉਹਨਾਂ ਨੇ ਮੇਰੇ ਆਹ ਨਿਸ਼ਾਨ ਆ, ਦੇਖ ਸਕਦੇ ਹੋ ਤੁਸੀਂ ਨਿਸ਼ਾਨ ਦੇਖੇ ਉਹਨਾਂ ਨੇ ਮੇਰੇ, ਅਤੇ ਮੈਨੂੰ ਬਈ ਉਹਨਾਂ ਨੇ ਪੁੱਛਿਆ ਵੀ ਕਾਹਦੇ ਨਿਸ਼ਾਨ ਆ, ਉਹਨਾਂ ਨੂੰ ਸ਼ੱਕ ਹੋ ਗਿਆ ਅਤੇ ਘਰ ਉਹਨਾਂ ਨੂੰ ਦੱਸਿਆ ਨਹੀਂ, ਡੈਡੀ ਤੋਂ ਦਰਦ ਨੇ ਬਈ ਕਲੇਸ਼ ਹੋਊਗਾ। ਅਤੇ ਮੈਨੂੰ ਡਾਕਟਰ ਕੋਲ ਲੈ ਗਏ, ਡਾਕਟਰ ਮੈਨੂੰ ਕਹਿੰਦਾ ਬਈ ਤੂੰ ਜਿਹੜੀ ਚੀਜ਼ ਖਾਂਦਾ ਨਾ ਮੈਨੂੰ ਸਹੀ ਸੀ ਦੱਸ, ਮੈਂ ਤੇਰੇ ਡੈਡੀ ਨੂੰ ਨਹੀਂ ਦੱਸਦਾ ਅਤੇ ਉਸ ਹਿਸਾਬ ਨਾਲ ਤੈਨੂੰ ਦਵਾਈ ਦਊਂਗਾ। ਮੈਂ ਉਹਨੂੰ ਦੱਸਤਾ ਜੀ ਮੈਂ ਚਿੱਟਾ ਲਾਉਣਾ ਅਤੇ ਮੇਰੇ ਡੈਡੀ ਨੇ ਉਹਨਾਂ ਨੂੰ ਦੱਸਤਾ ਬਈ ਇਹ ਚਿੱਟਾ ਲਾਉਂਦਾ ਗਾ ਤਾਂ ਕਰਕੇ ਬਈ ਇਹ ਆਏ ਹਾਂ। ਅਤੇ ਡੈਡੀ ਨੇ ਮੈਨੂੰ ਪੁੱਛ ਲਿਆ ਪੁੱਤ ਤੈਨੂੰ ਕੁਛ ਵੀ ਨਹੀਂ ਕਹਿੰਦੇ, ਬਈ ਤੂੰ ਦੱਸ ਕਿਹਨੇ ਤੈਨੂੰ ਲਾਇਆ ਗਾ, ਬਈ ਤੂੰ ਕਿਹਦੇ ਨਾਲ ਇਸ ਟਾਈਮ ਹੁਣ ਤੱਕ ਲਾਉਂਦਾ ਰਿਹਾ? ਮੈਂ ਉਹਨਾਂ ਦੇ ਸਰ ਨਾਲ ਆਇਆ ਅਤੇ ਦਲਪ੍ਰੀਤ ਸਿੰਘ ਕਾਲੇ ਅਤੇ ਕੁਲਦੀਪ ਸਿੰਘ ਚੁੱਕੇ ਦਾ। ਅਤੇ ਡੈਡੀ ਨੇ ਉਹਨਾਂ ਨੂੰ ਫੋਨ ਲਾਇਆ ਬਈ ਤੁਸੀਂ ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਕੀਤੀ, ਹੁਣ ਮੈਂ ਤੁਹਾਡੇ ਨਾਲ ਕਾਨੂੰਨੀ ਕਾਰਵਾਈ ਕਰੂੰਗਾ, ਐਂ ਕਰੂੰਗਾ। ਅਤੇ ਸਰ ਉਹਨਾਂ ਦਾ ਬਾਅਦ 'ਚ ਮੈਨੂੰ ਫੋਨ ਆ ਗਿਆ, ਮੈਨੂੰ ਕਹਿੰਦੇ ਬਈ ਤੂੰ ਮੇਰਾ ਨਾਂ ਤਾਂ ਲੈ ਤਾ, ਬਈ ਹੁਣ ਕਿਹਦਾ ਕਿਹਦਾ ਸਾਡਾ ਨਾਂ ਤਾਂ ਲੈ ਤਾ, ਹੁਣ ਕਿਹਦਾ ਕਿਹਦਾ ਨਾਂ ਲਈ ਜਾਏਗਾ? ਕਹਿੰਦਾ ਸਾਡੇ ਹੁਣ ਤੂੰ ਇਕੱਲਿਆਂ ਨਾਲ ਬਹਿ ਕੇ ਤਾਂ ਲਾਇਆ ਨਹੀਂ, ਆਪਣੇ ਘਰ ਕਿੰਨੇ ਜਾਣੇ ਆਉਂਦੇ ਸੀਗੇ, ਉਹਨਾਂ ਨਾਲ ਵੀ ਤੂੰ ਕਦੇ ਲਾਇਆ ਹੀ ਹੋਊਗਾ। ਕਹਿੰਦਾ ਜੇ ਮੈਨੂੰ ਕੋਈ ਚੱਕ ਕੇ ਲੈ ਗਿਆ ਮੈਂ ਉਹਨਾਂ ਦਾ ਨਾਂ ਵੀ ਲੈ ਦਿੰਦਾ। ਕਹਿੰਦਾ ਵੈਰ ਮੇਰਾ ਨਹੀਂ ਪੈਣਾ, ਉਹਨਾਂ ਨਾਲ ਤੇਰਾ ਪੈਣਾ, ਕਿਉਂਕਿ ਤੇਰੇ ਕਰਕੇ ਸਾਰੀ ਉਹ ਗੱਲਬਾਤ ਹੋਣੀ ਆ। ਅਤੇ ਮੈਨੂੰ ਕਹਿੰਦਾ ਇੱਦੂ ਵਧੀਆ ਤੂੰ 20-25 ਹਜ਼ਾਰ ਦਾ ਹੱਲ ਕਰ, ਤੈਨੂੰ ਕਿਸੇ ਪਾਸੇ ਸੈੱਟ ਕਰ ਦਿੰਦਾ। ਅਤੇ ਮੈਂ ਕਿਹਾ ਚੱਲ ਕੋਈ ਨਾ ਮੈਂ ਕਰ ਦਾਂਗਾ। ਉਦੋਂ ਤੀਜੇ ਜਾਂ ਉੱਥੇ ਜਾਣੀ ਸਰ ਆਪਣੇ ਘੋੜਾ ਆਪਣੇ ਕੋਲ, ਜਿਵੇਂ ਕੋਈ ਵੀ ਸੇਵਿੰਗ ਹੁੰਦੀ ਹੈ ਆਪਣੇ ਨਾ ਮੰਮੀ ਦੇ ਖਾਤੇ 'ਚ ਪਾ ਦਿੰਦੇ ਡੈਡੀ ਹੁਣ, ਅਤੇ ਮੰਮੀ ਦੇ ਖਾਤੇ 'ਚ ਨਾ 35,000 ਰੁਪਈਆ ਸੀਗਾ ਅਤੇ ਡੈਡੀ ਨੇ ਕਿਹਾ ਸੀ ਬਈ 20,000 ਰੁਪਈਆ ਦੀ ਲੋੜ ਆ, ਬਈ ਸਾਨੂੰ ਪਾ ਦਿਉ। ਪੰਜਾਬ ਗ੍ਰਾਮੀਣ ਤੋਂ ਐਕਸਿਸ ਬੈਂਕ 'ਚ ਸਰ ਸਿੱਧੇ ਪੈਂਦੇ ਨੇ, ਅਤੇ ਅਸੀਂ ਐਕਸਿਸ ਬੈਂਕ ਬਾਘਾ ਪੁਰਾਣਾ ਸਰ ਚਲੇ ਗਏ। ਬਾਘਾ ਪੁਰਾਣਾ ਜਦੋਂ ਗਏ ਅਤੇ ਮੈਂ ਉੱਥੋਂ ਪੈਸੇ ਲੈ ਕੇ ਸਰ ਭੱਜ ਗਿਆ, ਅਤੇ ਮੈਂ ਉਹਨਾਂ ਨੂੰ ਫੋਨ ਲਾਇਆ ਵੀ ਮੈਂ ਭੱਜ ਗਿਆ ਅਤੇ ਮੈਨੂੰ ਬਈ ਦੱਸ ਮੈਂ ਕਿੱਥੇ ਜਾਵਾਂ ਕੀ ਕਰਾਂ? ਉਹ ਕਹਿੰਦਾ ਬਈ ਤੂੰ ਮੋਗੇ ਪਹੁੰਚ, ਤੈਨੂੰ ਮੈਂ ਦੱਸਦਾ। ਮੈਂ ਸਰ ਮੋਗੇ ਪਹੁੰਚ ਕੇ ਇਹਨੂੰ ਫੋਨ ਕੀਤਾ, ਮੈਂ ਬਈ ਮੋਗੇ ਪਹੁੰਚ ਗਿਆ, ਹੁਣ ਦੱਸ ਮੈਂ ਕੀ ਕਰਾਂ? ਕਹਿੰਦਾ ਬਈ ਤੂੰ ਜਲੰਧਰ ਵਾਲੀ ਬੱਸ ਫੜ ਲਾ। ਮੈਂ ਕਿਹਾ ਸਰ ਮੇਰੇ ਕੋਲ ਮੋਟਰਸਾਈਕਲ ਆ, ਮੋਟਰਸਾਈਕਲ ਦਾ ਕੀ ਕਰਾਂ? ਉਹ ਕਹਿੰਦਾ ਬਈ ਜਿਹੜਾ ਮੋਟਰਸਾਈਕਲ ਆ ਉਹ ਤੂੰ ਬੱਸ ਸਟੈਂਡ ਜਿਹੜਾ ਬਣਿਆ ਹੁੰਦਾ ਮੋਟਰਸਾਈਕਲ ਵਾਲੇ ਜਿੱਥੇ ਪਰਚੀਆਂ ਕੱਟਦੇ ਆ ਉੱਥੇ ਕਢਾ ਜਾ, ਪਰ ਤੂੰ ਪਰਚੀ ਨਾ ਕਟਾਈ, ਉੱਥੇ ਜਿਹੜਾ ਮੋਟਰਸਾਈਕਲ ਸਾਫ਼ ਕਰਨ ਨੂੰ ਕੱਪੜਾ ਹੁੰਦਾ ਨਾ ਉਹਦੇ ਵਿੱਚ ਚਾਬੀ ਪਾ ਕੇ ਅਤੇ ਡਿੱਗੀ 'ਚ ਸੈੱਟ ਜਾ। ਮੈਂ ਕਿਹਾ ਚੱਲ ਠੀਕ ਆ। ਮੈਂ ਸਰ ਜਲੰਧਰ ਦੀ ਬੱਸ ਫੜੀ, ਉੱਥੇ ਜਾ ਕੇ ਮੈਂ ਫਿਰ ਇਹਨੂੰ ਫੋਨ ਲਾਇਆ, ਮੈਂ ਕਿਹਾ ਕਿਪੇ ਮੈਂ ਪਹੁੰਚ ਗਿਆ, ਮੈਂ ਦੱਸ ਕੀ ਕਰਾਂ? ਉਹਨੇ ਕਾਨਫਰੰਸ ਪਾਈ, ਉਹਨੂੰ ਕਿਹਾ ਬੰਟੀ ਬਈਆ ਵਿੱਚ ਗਿਆਨੀ ਬੈਠਾ, ਇਹਦੇ ਨਾਲ ਗੱਲ ਕਰਦੀ, ਇਹਦੇ ਕੋਲ ਤੇਰੇ ਮੈਂ ਤੇਰੇ ਕੋਲ ਮੈਂ ਗੱਲ ਕੀਤੀ ਸੀ ਹੁਣੇ। ਅਤੇ ਉਹਨੇ ਮੈਨੂੰ ਪੁੱਛਿਆ, ਕਹਿੰਦਾ ਹਾਂ ਬਈ ਕਿੱਥੇ ਆ ਤੂੰ? ਮੈਂ ਕਿਹਾ ਬਈ ਮੈਂ ਬੱਸ ਸਟੈਂਡ 'ਚ ਖੜ੍ਹਾਂ ਗਾ, ਬਾਹਰਲੇ ਪਾਸੇ ਤਾਂ ਮੇਰੇ ਲਾਲ ਰੰਗ ਦੀ ਪੱਗ ਬੰਨੀ ਆ। ਕਹਿੰਦਾ ਆਹਦੇ ਪਿੱਛੇ ਦੇਖ ਗੱਡੀ ਖੜ੍ਹੀ ਆ, ਤੇਰੇ ਪਿੱਛੇ ਕਹਿ ਦੇ ਗੱਡੀ ਖੜ੍ਹੀ ਆ, PB08 ਨੰਬਰ ਉਹ 'ਚ ਆਇਆ ਗਾ, ਉੱਥੇ ਖੜ੍ਹਾਂ ਮੈਂ। ਮੈਂ ਸਰ ਕੋਲੇ ਗਿਆ, ਉਹਨਾਂ ਨੇ ਗੱਡੀ ਦੇ ਵਿੱਚ ਪਾਇਆ, ਮੈਨੂੰ ਕੋਠੀ 'ਚ ਲੈ ਗਏ। ਸਰ ਆਪਦਾ ਏਰੀਆ ਹੋਵੇ ਤਾਂ ਮੈਨੂੰ ਪਤਾ ਵੀ ਹੁੰਦਾ ਵੀ ਕਿੱਥੇ ਆ ਕਿੱਥੇ ਨਹੀਂ, ਕਿਹੜੀ ਕਲੋਨੀ 'ਚ ਆ। ਅਤੇ ਸਰ ਮੈਨੂੰ ਲੈ ਗਏ ਉਹ। ਸਰ ਕਿਰਾਇਆ ਉਹਨਾਂ ਨੇ ਕੁਛ ਨਹੀਂ, ਮੇਰਾ 20,000 ਰੁਪਈਆ ਉਹਨਾਂ ਨੇ ਫੜ ਲਿਆ, ਮੇਰਾ ਫੋਨ ਵੀ ਉਹਨਾਂ ਨੇ ਫੜ ਲਿਆ, ਸਿਮ ਉਹਨਾਂ ਨੇ ਪਹਿਲੇ ਦਾ ਨਹੀਂ ਭੰਨਤਾ ਸੀਗਾ, ਉਹ ਕਹਿੰਦੇ ਟਰੇਸ ਨਾ ਹੋ ਜਾਵੇ। ਮੈਨੂੰ ਇੰਜੈਕਸ਼ਨ ਹੀ ਲਾਉਂਦੇ ਰਹੇ ਸਰ 16-17 ਦਿਨ, ਮੈਨੂੰ ਸੁਰਤ ਹੀ ਨਹੀਂ ਰਹਿੰਦੀ ਸਰ। ਇੱਕ ਦਿਨ ਮੈਨੂੰ ਉਹਨਾਂ ਨੇ ਥੱਲੇ ਭੇਜਿਆ ਬਈ ਤੂੰ ਜਾ ਕੁਛ ਖਾਣ ਨੂੰ ਲਿਆ, ਮੇਰੇ ਕੋਲ 500-600 ਰੁਪਈਆ ਅੱਡ ਪਾਇਆ ਹੋਇਆ ਸੀਗਾ ਜੇਬ 'ਚ, ਉਹ ਕਿਰਾਏ ਕਿਰੂਏ ਵਾਸਤੇ ਪਾਇਆ ਸੀਗਾ। ਉੱਧਰ ਜਿੱਦਣ ਮੈਂ ਗਿਆ ਸੀ ਮੈਂ 1,000 ਰੁਪਈਆ ਅੱਡ ਪਾਇਆ ਸੀ ਅਤੇ 19,000 ਰੁਪਈਆ ਅੱਡ ਪਾਇਆ ਸੀ, ਮੇਰਾ 300-400 ਰੁਪਈਆ ਕਿਰਾਇਆ ਲੱਗਿਆ ਸੀਗਾ। ਅਤੇ ਮੈਂ ਚਲਾ ਗਿਆ ਸੀ ਉੱਥੇ, ਅਤੇ ਬਾਅਦ 'ਚ ਜਦੋਂ ਉਹਨਾਂ ਨੇ ਮੈਨੂੰ ਥੱਲੇ ਦੁਕਾਨ 'ਤੇ ਭੇਜਿਆ ਕੁਝ ਲੈਣ, ਅਤੇ ਮੈਂ ਉੱਥੇ ਈ-ਰਿਕਸ਼ਾ ਆਮ ਚੱਲਦੇ ਆ ਸਰ, ਮੈਂ ਈ-ਰਿਕਸ਼ਾ 'ਚ ਬੈਠਾ, ਮੈਂ ਕਿਹਾ ਬਈ ਬੱਸ ਸਟੈਂਡ ਉਤਾਰਦੇ, ਉਹਨੇ 20 ਰੁਪਈਏ ਲਏ ਅਤੇ ਮੈਨੂੰ ਬੱਸ ਸਟੈਂਡ
ਅਤੇ ਸਰ ਉਦੋਂ ਬਾਅਦ 'ਚ ਮੈਂ ਬਾਘਾ ਪੁਰਾਣਾ ਆ ਗਿਆ ਸੀਗਾ, ਆ ਬਾਘੇ ਪੁਰਾਣੇ ਆਪਣੇ ਲਾਗੇ, ਬਾਘੇ ਪੁਰਾਣੇ ਲਾਗੇ ਪਿੰਡ ਆਪਣਾ, ਅਤੇ ਮੈਂ ਬਾਘੇ ਪੁਰਾਣੇ ਆ ਕੇ ਨਾ ਪਹਿਲਾਂ ਫੋਨ ਕੀਪੇ ਨਹੀਂ ਕੀਤਾ ਮੈਂ, ਉੱਥੇ ਪੇਟੀਐਮ ਦੀ ਦੁਕਾਨ ਆਪਣੇ ਉੱਥੇ ਤੁਸੀਂ ਨੰਬਰ ਵੀ ਕਢਾ ਸਕਦੇ ਹਾਂ ਉਹਦੇ 'ਚੋਂ, ਮੈਂ ਉਹਨੂੰ ਕਿਹਾ ਬਈ ਕੀਪੇ ਤੂੰ ਮੋਟਰਸਾਈਕਲ ਮੇਰਾ ਕਿੱਥੇ ਆ, ਕਹਿੰਦਾ ਬਈ ਯਾਰ ਮੈਨੂੰ ਤਾਂ ਪਤਾ ਨਹੀਂ ਗਾ ਮੋਟਰਸਾਈਕਲ ਦਾ, ਤੈਨੂੰ ਮੇਰੇ ਡੈਡੀ ਨੇ ਤੇਰੇ ਡੈਡੀ ਨੇ ਮੈਨੂੰ ਚੁਕਾਤਾ ਸੀ ਭਰਾਵਾ, ਕਹਿੰਦਾ ਮੈਂ ਤਾਂ ਕਮਲਜੀਤ ਨਾਲ ਗੱਲ ਕਰਕੇ ਮਸਾਂ ਬਾਹਰ ਨਿਕਲਾਂਗਾ। ਕਮਲਜੀਤ ਕੌਣ ਹੈ? ਸਰ ਖੋਟੇ ਦਾ ਮੁੰਡਾ, MLA ਖੋਟੇ ਦਾ ਮੁੰਡਾ, ਅਤੇ ਕਹਿੰਦਾ ਮੈਂ ਉਹਦੇ ਨਾਲ ਗੱਲਬਾਤ ਕਰਕੇ ਬਾਹਰ ਨਿਕਲਾਂਗਾ, ਅਤੇ ਮੈਂ ਕਿਹਾ ਠੀਕ ਆ, ਅਤੇ ਕਹਿੰਦਾ ਮੈਂ ਕਿਹਾ ਹੁਣ ਕਿਵੇਂ ਕਰਾਂ ਯਾਰ ਮੈਂ ਪਿੰਡ ਜਾ ਵੜਾਂ, ਕਹਿੰਦਾ ਯਾਰ ਜਾਣਾ ਤਾਂ ਤੈਨੂੰ ਪੈਣਾ ਹੀ ਆ ਅਖੀਰ ਨੂੰ, ਕਹਿੰਦਾ ਤੂੰ ਪਿੰਡ ਜਾ ਵੜਾਂ, ਅਤੇ ਪਰ ਐਂ ਨਾ ਕਹੀਂ ਬਈ ਮੈਨੂੰ ਕੀਪੇ ਨੇ ਭੇਜਿਆ ਸੀ, ਤੂੰ ਉੱਥੇ ਜਾ ਕੇ ਐਂ ਕਹੀਂ ਬਈ ਮੈਂ ਤਾਂ ਆਪ ਹੀ ਲੱਗ ਗਿਆ ਲਾਉਣ ਚਿੱਟਾ, ਅਤੇ ਮੈਂ ਆਪ ਹੀ ਭੱਜਿਆ ਸੀਗਾ ਕਿਸੇ ਪਾਸੇ। ਅਸਦੀਪ ਇੱਕ ਬਾਤ ਪੁੱਛਣਾ ਚਾਹੂੰਗਾ, ਜੇ ਇਸ ਲਾਈਨ 'ਤੇ ਕਿਸ ਤਰ੍ਹਾਂ ਗਿਆ, ਕੋਈ ਡਰ ਕਿਸੇ ਨੇ ਡਰਾਇਆ ਕੁਛ, ਕਿਸ ਕਰਕੇ ਗਿਆ? ਸਰ ਬਲੈਕਮੇਲ ਕੀਤਾ ਜੀ, ਮੇਰੀ ਫੋਟੋ ਖਿੱਚੀ ਵੀ ਸੀ ਉਹਨਾਂ ਕੋਲ, ਜੇ ਮੈਂ ਕਹਿ ਦਿੰਦਾ ਸੀ ਬਈ ਮੈਂ ਨਹੀਂ ਆਉਣਾ, ਅਤੇ ਉਹ ਕਹਿ ਦਿੰਦੇ ਬਈ ਤੇਰੇ ਡੈਡੀ ਨੂੰ ਫੋਟੋ ਪਾਵਾਂਗੇ, ਅਤੇ ਅੱਜ ਤੱਕ ਸਾਡੇ ਸਰ ਘਰੇ ਨਸ਼ਾ, ਤੁਸੀਂ ਪਿੰਡ 'ਚ ਜਾ ਕੇ ਵੀ ਪੁੱਛ ਸਕਦੇ ਹੋ, ਸਾਡਾ ਕੋਈ ਵੀ ਪਰਿਵਾਰ ਦਾ ਇੱਕ ਵੀ ਮੈਂਬਰ 1% ਵੀ ਨਹੀਂ। ਇਸ ਵੇਲੇ ਕੀ ਪੀਸ਼ ਹੈ ਤੇਰੀ? ਸਰ ਇਸ ਵੇਲੇ ਠੀਕ ਹੈ ਜੀ, ਮੇਰਾ ਡਾਕਟਰੀ ਇਲਾਜ ਚੱਲ ਰਿਹਾ। ਡਾਕਟਰੀ ਇਲਾਜ ਚੱਲ? ਹਾਂਜੀ। ਹੋਰ ਉਹਨਾਂ ਬਾਰੇ ਤੂੰ ਕੀ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਤੈਨੂੰ ਇਸ ਕੰਮ 'ਚ ਲਾਇਆ? ਸਰ ਉਹਨਾਂ ਬਾਰੇ ਇਹੀ ਕਹਿਣਾ ਚਾਹੁੰਦਾ ਜੀ, ਉਹਨਾਂ ਦੀ ਪੁਲਿਸ ਸਾਥ ਦੇ ਰਹੀ ਹੈ ਜੀ, ਕਾਰਵਾਈ ਕੋਈ ਨਹੀਂ ਕਰ ਰਹੀ, 16-17 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਹੋਈ, ਪਰਸੋਂ SSP ਸਾਹਿਬ ਆਏ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਮੇਰਾ ਵੀ ਸਰ ਉਹ ਪਤਾ ਲੈ ਕੇ ਗਏ ਆ, ਨਾਲ ਹੀ ਉਹ ਮੇਰੇ ਬਿਆਨ ਲੈ ਕੇ ਗਏ ਆ, SPD ਮੈਮ ਵੀ ਆਏ ਆ ਨਾਲ ਉਹਨਾਂ ਦੇ, ਅਤੇ ਮੇਰੇ ਬਿਆਨ ਲੈ ਕੇ ਗਏ ਆ, ਉਹਨਾਂ ਨੇ ਕਾਰਵਾਈ ਕੀਤੀ ਆ, ਜਿਹਨਾਂ ਜਿਹੜੀਆਂ ਉਹਦੀਆਂ 2 ਬੁੜੀਆਂ, ਇੱਕ ਮਾਸੀ ਆ ਇੱਕ ਉਹਦੀ ਮੰਮੀ, ਉਹ ਵੀ ਚੱਕੀਆਂ ਉਹਨਾਂ ਨੇ, ਪਰ ਚੱਕ ਕੇ ਉਹਨਾਂ ਨੇ ਸਵੇਰੇ ਉਹ ਛੱਡਤੀਆਂ, ਜਿਹੜਾ ਮੇਨ ਆ, ਕਿਉਂਕਿ ਉਹ ਤਾਂ ਆਪ ਗੱਡੀਆਂ 'ਤੇ ਚਲੇ ਜਾਂਦੇ ਸੀਗੇ ਬਾਹਰ, ਅਤੇ ਉਹਨਾਂ ਨੂੰ ਬਣਾ ਬਣਾ ਕੇ ਲਫਾਫਿਆਂ 'ਚ ਪਾ ਪਾ ਕੇ ਉਹਨਾਂ ਨੂੰ ਫੜਾ ਕੇ ਜਾਂਦੇ ਸੀ, ਅਤੇ ਮੈਂ ਉਹਨਾਂ ਤੋਂ ਹੀ ਫੜ ਫੜ ਕੇ ਅੱਜ ਤੱਕ ਲਿਆਉਂਦਾ ਰਿਹਾ ਜੀ। ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਮਿਹਨਤ ਕਰਦਾ, ਸਾਡੇ SSP ਸਾਹਿਬ ਮੋਗੇ ਨੂੰ ਅਤੇ SPD ਮੈਮ ਨੂੰ ਇਹੀ ਮਿਹਨਤ ਕਰਦਾ ਬਈ ਜੋ ਕੁਝ ਮੇਰੇ ਨਾਲ ਹੋਇਆ ਉਸ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਜਾਵੇ, ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਅੰਦਰ ਕੀਤਾ ਜਾਵੇ, ਅਤੇ ਬਈ ਗਾਂਹ ਵਾਸਤੇ ਹੋਰ ਕਿਸੇ ਨਾਲ ਇੱਦਾਂ ਦਾ ਨਾ ਹੋਵੇ, ਕਿਉਂਕਿ ਇਹੋ ਜਿਹੇ ਪਹਿਲਾਂ ਜਵਾਕਾਂ ਨੂੰ ਫ੍ਰੀ 'ਚ ਦੇ ਕੇ ਲਵਾਉਂਦੇ ਆ, ਫਿਰ ਉਹਨਾਂ ਨੂੰ ਫੋਟੋਆਂ ਖਿੱਚ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਆ, ਫਿਰ ਉਹਨਾਂ ਨੂੰ ਸਪਲਾਈ ਕਰਨ ਨੂੰ ਕਹਿੰਦੇ ਆ। ਸਰ ਨਸ਼ਾ ਤਸਕਰਾਂ ਦੇ ਉੱਪਰ ਠੱਲ ਪਾਉਣਾ ਅਤੇ ਹੁਣ ਡਿਪਾਰਟਮੈਂਟ ਦੇ ਬੰਦਿਆਂ ਨੂੰ ਵੀ ਜਿਹੜਾ ਹੈਗਾ ਨਹੀਂ ਬਖਸ਼ਿਆ ਜਾ ਰਿਹਾ ਤੁਹਾਡੇ ਕੋਲ? ਦੇਖੋ ਪੰਜਾਬ ਗਵਰਨਮੈਂਟ ਦੀਆਂ ਬੜੀਆਂ ਕਲੀਅਰ ਕੱਟ ਇੰਸਟਰਕਸ਼ਨਸ ਨੇ ਕਿ ਜ਼ੀਰੋ ਟੋਲਰੈਂਸ ਪੋਲਿਸੀ ਅਪਣਾਈ ਗਈ ਫੋਰ ਕਰਪਸ਼ਨ ਅਤੇ ਡਰੱਗਸ ਦੇ ਅਗੇਂਸਟ। ਉਸੀ ਮੁਹਿੰਮ ਦੇ ਤਹਿਤ ਅਸੀਂ ਹੁਣ ਵੱਡੇ ਤੌਰ ਪੱਧਰ 'ਤੇ ਐਕਸ਼ਨ ਲੈ ਰਹੇ ਹਾਂ ਡਰੱਗਸ ਦੇ ਅਗੇਂਸਟ। ਅਸੀਂ ਪਿੰਡਾਂ ਦੀਆਂ ਸਰਚਸ ਕਰ ਰਹੇ ਹਾਂ, ਅਸੀਂ ਤਸਕਰਾਂ ਦੇ ਪਿੱਛੇ ਜਾ ਰਹੇ ਹਾਂ। 8 ਤਰੀਕ ਨੂੰ ਸਵੇਰੇ ਮੈਨੂੰ ਇੱਕ ਨਵੀਂ ਇਨਫੋਰਮੇਸ਼ਨ ਆਈ ਸੀ ਕਿ ਸੰਗਤਪੁਰੇ ਪਿੰਡ ਵਿੱਚ 2 ਭਰਾ ਨੇ, ਕੁਲਦੀਪ ਸਿੰਘ ਏਲੀਅਸ ਕੀਪਾ ਅਤੇ ਦੂਜੇ ਦਾ ਨਾਂ ਦਿਲਪ੍ਰੀਤ ਏਲੀਅਸ ਕਾਲਾ, ਜੋ ਕਿ ਨਸ਼ਾ ਵੇਚਦੇ ਨੇ। ਉਹ ਪਹਿਲਾਂ ਕੀ ਕਰਦੇ ਨੇ ਕਿ ਬੱਚਿਆਂ ਨੂੰ ਫ੍ਰੀ 14-16-17 ਸਾਲ ਦੇ ਬੱਚਿਆਂ ਨੂੰ ਟਾਰਗੇਟ ਕਰਦੇ ਨੇ, ਪਹਿਲਾਂ ਨਸ਼ਾ ਫ੍ਰੀ ਦਿੰਦੇ ਨੇ 2-4 ਵਾਰੀ, ਉਦੋਂ ਬਾਅਦ ਉਹਨਾਂ ਦੀ ਨਸ਼ਾ ਕਰਦਿਆਂ ਦੀ ਫੋਟੋ ਖਿੱਚ ਕੇ ਉਹਨਾਂ ਨੂੰ ਬਲੈਕਮੇਲ ਕਰਕੇ ਜ਼ਬਰਦਸਤੀ ਉਹਨਾਂ ਤੋਂ ਨਸ਼ਾ ਰੁਕਵਾਉਂਦੇ ਨੇ। ਉਹ ਨਸ਼ਾ ਅਸੀਂ ਇਮੀਡੀਏਟਲੀ ਐਕਸ਼ਨ ਕਰਤਾ ਹੋਏ ਉਹਨਾਂ ਦੇ ਕੇਸ ਰਜਿਸਟਰ ਕੀਤਾ, 223 ਨੰਬਰ FIR ਆ 8/11 ਦੀ PS ਬਾਘਾ ਪੁਰਾਣਾ ਦੀ, ਉਹਦੇ ਵਿੱਚ ਅਸੀਂ ਰੇਡ ਵੀ ਕੀਤੇ ਲੇਕਿਨ ਉਹ ਭੱਜੇ ਹੋਏ ਨੇ, ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਫੜ ਲੈਣਾ। ਉਸੇ ਦੌਰਾਨ ਮੈਨੂੰ ਇੱਕ ਹੋਰ ਇਨਫੋਰਮੇਸ਼ਨ ਆਈ ਕਿ ਸਿਵਲ ਹੋਸਪਿਟਲ 'ਚ ਉਹਨਾਂ ਦਾ ਇੱਕ ਵਿਕਟਮ ਜਿਸਦਾ ਨਾਂ ਅਰਸ਼ਦੀਪ ਸਿੰਘ ਹੈ, ਉਹ ਸੰਗਤਪੁਰ ਪਿੰਡ ਦਾ ਹੈ, ਉਹਨਾਂ ਦੇ ਘਰਾਂ ਦੇ ਵਿੱਚੋਂ ਹੀ ਹੈ, ਉਹ ਡੀ ਐਡਿਕਸ਼ਨ ਸੈਂਟਰ 'ਚ ਸਿਵਲ ਹੋਸਪਿਟਲ ਮੋਗੇ 'ਚ ਭਰਤੀ ਹੈ, ਅਤੇ ਮੈਂ ਪਰਸਨਲੀ ਉੱਥੇ ਗਿਆ ਅਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਤਾਂ ਮੈਨੂੰ ਪਤਾ ਲੱਗਿਆ ਕਿ ਉਹਦਾ 1 ਸਾਲ ਤੋਂ ਜ਼ਿਆਦਾ ਕਰੋਨਾ ਸ਼ੁਰੂ ਹੋਇਆ, ਲੋਕਡਾਊਨ ਹੋਇਆ ਸੀ, ਉਹਨੂੰ ਵੀ ਇਹਨਾਂ ਨੇ ਇਸੇ ਲਾਤੇ ਲਾ ਕੇ 1 ਸਾਲ ਉਹਤੋਂ ਨਸ਼ਾ ਵਿਕਵਾਇਆ ਵੀ ਅਤੇ ਉਹਨੂੰ ਜ਼ਬਰਦਸਤੀ ਦਿੱਤਾ ਵੀ। ਹੁਣ ਉਹ ਡੀ ਐਡਿਕਸ਼ਨ ਲਈ ਮੈਂਟਲੀ ਤੌਰ 'ਤੇ ਆ ਬਾਹਰ ਨਿਕਲਣਾ ਚਾਹੁੰਦਾ ਹੈ। ਉਹਦੀ ਗੱਲਬਾਤ ਦੌਰਾਨ ਹੀ ਮੈਨੂੰ ਪਤਾ ਲੱਗਾ ਕਿ ਸਾਡੇ 2 ਮੁਲਾਜ਼ਮ ਜਿਹੜੇ ਨੇ ਉਹ ਵੀ ਸਪੋਰਟ ਕਰਦੇ ਨੇ ਸਮੱਗਲਰਸ ਦੀ, ਉਹਨਾਂ 'ਤੇ ਬੜਾ ਸਖ਼ਤ ਐਕਸ਼ਨ ਲਿਆ ਗਿਆ ਹੈ, ਉਹਨਾਂ ਨੂੰ ਸਰਵਿਸ 'ਚੋਂ ਮੈਂ ਡਿਸਮਿਸ ਕਰ ਦਿੱਤਾ ਹੈ। ਅਤੇ ਬਾਕੀ ਕੋਈ ਵੀ ਮੁਲਾਜ਼ਮ ਕਿਸੇ ਵੀ ਪੱਧਰ ਦਾ ਜੇ ਕੋਈ ਮਿਕਸ ਅਪ ਹੋਏਗਾ ਡਰੱਗਸ ਸਮੱਗਲਰ ਨਾਲ ਜਾਂ ਕਿਸੇ ਹੋਰ ਤਰੀਕੇ ਦੀ ਕਰਪਸ਼ਨ ਕਰੇਗਾ, ਉਹਨਾਂ ਵੀ ਸਖ਼ਤੀ ਵਰਤੀ ਜਾਏਗੀ। ਅਸੀਂ ਇੱਕ ਆਮ ਜਨਤਾ ਲਈ, ਤਾਂ ਕਿ ਕਈ ਵਾਰ ਲੋਕ ਡਰਦੇ ਨੇ ਸਾਡੇ ਕੋਲ ਡਾਇਰੈਕਟਲੀ ਅਪਰੋਚ ਕਰਨ ਨੂੰ, ਅਸੀਂ ਇੱਕ ਹੈਲਪਲਾਈਨ ਜਾਰੀ ਕੀਤੀ ਹੈ ਜਿਹੜੀ ਹੈਗੀ ਹੈ 7527-00165।
7570001065 ये तुसी किसी भी तरह का मैसेज वट्सएप कोई रिकॉर्डेड मैसेज कोई फोटो कोई वीडियो सानू भेजो असी थोड़ा नाम भी गुप्त रखांगे ते थोनू सीक्रेटली वधिया इनफॉर्मेशन ते रिवॉर्ड भी करांगे ते इस करके मेरी सारी मोगे की जनता नू अपील आ कि वह वध तो वध जिथे भी नशा विक रहा है या उन्हां दी नॉलेज कोई इहो जिहा क्राइम आउंदा है जिहड़ा कि सोसाइटी लई हार्मफुल है मेरे ध्यान च लिआउण ते मैं इमीडिएटली एक्शन करवाऊंगा ते नशा नू हुण असी जड़ों खत्म कर देना है मोगे च। सर दोनों मुलाजम कितने तैनात सीगे जी? इस बागे पुराने सीगे सर। अर्थदीप का कहना है जो जो लेडीज है वो ज्यादा काम करता था, उसको लेडीज नहीं काम करवाया था, पर उसका घर वालों को पता ही नहीं है जो असी वो एक बार आप फड़ लिए जी इन्वेस्टिगेशन के दौरान आ जाना सारा क्लियर पिक्चर क्लियर हो जाएगी क्योंकि वो क्या उसका कहना है जो लेडीज है घर का वही ज्यादातर ये काम कराता था उससे। देखो अजय वो भजे हुए ने जो फड़ लांगे उदू बाद असी इन्वेस्टिगेशन दौरान सारा कुछ पिक्चर क्लियर हो जाएगी। मौके तो बिट्टू पूर्वा की खास रिपोर्ट।